नमस्ते, मैं रवनीत सिंह कैसल टोयोटा तो अज तुहानू सीट बैल्ट बारे कुछ जानकारी दूंगा। इस दियां सज्जे अते खब्बे बन्ने दो सीट बैल्टां हन जिस नू आपां ईजली लगा सकते हाँ, बट जो सेंटर दी सीट बैल्ट है उस बारे तुहानू अज जानकारी दूंगा कि किस तरह लगाया जाता है। इस सेंटर सीट बैल्ट दी लोकेशन तुहाडे रूफ ते होएगी। इस विच दो बक्कल होणगे, एक छोटा ते वड्डा। छोटे बक्कल नू ਸੱਜੇ ਪਾਸੇ ਦੇ ਛੋਟੇ ਛੋਟੇ ਲੋਕ ਵਿੱਚ ਐਂਟਰ ਕਰਾਂਗੇ ਅਤੇ ਇਹ ਇੱਥੇ ਫਿਕਸ ਹੋ ਜਾਏਗਾ, ਅਤੇ ਇਸ ਦੇ ਵੱਡੇ ਬੱਕਲ ਨੂੰ ਠੀਕ ਦੂਸਰੇ ਪਾਸੇ ਜਿੱਥੇ ਸੈਂਟਰ ਲਿਖਿਆ ਹੈ ਉੱਥੇ ਇੰਸਟਾਲ ਕਰਾਂਗੇ, ਅਤੇ ਇਸ ਨੂੰ ਤੁਸੀਂ ਆਪਣੇ ਹਿਸਾਬ ਨਾਲ ਐਡਜਸਟ ਕਰ ਸਕਦੇ ਹੋ। ਹੁਣ ਇਸ ਨੂੰ ਕਿਸ ਤਰ੍ਹਾਂ ਰਿਮੂਵ ਕੀਤਾ ਜਾਂਦਾ ਉਹ ਮੈਂ ਤੁਹਾਨੂੰ ਦੱਸੂੰਗਾ। ਇਸ ਵਿੱਚ ਇਹੀ ਇੱਕ ਸੀਟ ਬੈਲਟ ਹੈ ਜਿਸ ਵਿੱਚ ਦੋ ਲੋਕ ਹਨ, ਉਸ ਨੂੰ ਪ੍ਰੈਸ ਕਰੋਗੇ ਅਤੇ ਇਹ ਵੱਡਾ ਬੱਕਲ ਆਪਣੀ ਜਗ੍ਹਾ ਤੋਂ ਬਾਹਰ ਆ ਜਾਏਗਾ ਅਤੇ ਇਸੇ ਦੀ ਨੁਕੀਲੀ ਸਾਈਡ ਨੂੰ ਛੋਟੇ ਬੱਕਲ ਵਿੱਚ ਐਂਟਰ ਕਰਾਂਗੇ ਅਤੇ ਦੋਵੇਂ ਬਾਹਰ ਆ ਜਾਣਗੇ ਅਤੇ ਇਹ ਆਪਣੇ ਆਪ ਆਪਣੀ ਜਗ੍ਹਾ 'ਤੇ ਚਲੇ ਜਾਏਗੀ। ਇਸ 'ਤੇ ਇੱਕ ਲੋਕ ਹੈ ਜਿਸ 'ਤੇ ਇਹਨੂੰ ਪੁਸ਼ ਕਰੂੰਗੇ ਅਤੇ ਸਲਾਈਡ ਕਰੂੰਗੇ, ਇਹ ਆਪਣੀ ਜਗ੍ਹਾ ਫਿਕਸ ਹੋ ਜਾਏਗੀ। ਹੁਣ ਮੈਂ ਤੁਹਾਨੂੰ ਦੱਸੂੰਗਾ ਕਿ ਇਸ ਨੂੰ ਲਗਾਇਆ ਕਿਸ ਤਰ੍ਹਾਂ ਜਾਂਦਾ ਹੈ। ਛੋਟੇ ਬੱਕਲ ਨੂੰ ਬਾਹਰ ਕੱਢ ਕੇ ਬਾਹਰ ਨੂੰ ਖਿੱਚੂੰਗੇ ਤਾਂ ਛੋਟੇ ਬੱਕਲ ਨੂੰ ਸੱਜੇ ਪਾਸੇ ਛੋਟੀ ਸਲੋਟ ਵਿੱਚ ਐਂਟਰ ਕਰੋ ਅਤੇ ਇਸਨੂੰ ਆਪਣੇ ਮੁਤਾਬਿਕ ਬਾਹਰ ਕੱਢੋ ਅਤੇ ਦੂਸਰੇ ਬੱਕਲ ਵਿੱਚ ਇੰਸਟਾਲ ਕਰ ਦਿਉ। ਇਹ ਤੁਹਾਡੀ ਸੀਟ ਬੈਲਟ ਪੂਰੀ ਆਪਣੇ ਵੇਟ ਦੇ ਹਿਸਾਬ ਨਾਲ ਐਡਜਸਟ ਹੋ ਜਾਏਗੀ।